ਹੁਣ ਮੇਰੇ ਲੈਫਟ ਸਾਈਡ ਤੁਹਾਡੀ ਸਕਰੀਨ ਦੇ ਰਾਈਟ ਸਾਈਡ ਆਏਗਾ, ਮੇਰੇ ਲੈਫਟ ਸਾਈਡ ਦੇਖੋ ਤੁਸੀਂ, ਤੁਹਾਨੂੰ ਘੱਗਰ ਦਰਿਆ ਦਾ ਜਿਹੜਾ ਪਾਣੀ ਆ ਉਹ ਸ਼ਾਇਦ ਨਜ਼ਰ ਆ ਰਿਹਾ ਹੋਵੇਗਾ, ਬਿਲਕੁਲ ਝੱਗ ਵਾਲਾ ਥੋੜ੍ਹਾ ਜਿਹਾ ਗੰਦਾ ਪਾਣੀ ਆ ਉਹ ਨਜ਼ਰ ਆ ਰਿਹਾ, ਅਤੇ ਉਸ ਤੋਂ ਅੱਗੇ ਜਿਹੜੇ ਲੋਕ ਨੇ ਉਹ ਵੀ ਨਜ਼ਰ ਆ ਰਹੇ ਨੇ। ਇਨਫੈਕਟ ਐਵੇਂ ਲੱਗ ਰਿਹਾ ਕਿ ਜਿਵੇਂ ਪ੍ਰਸ਼ਾਸਨ ਦੀ NDRF ਦੀ ਕੋਈ ਟੀਮ ਹੁੰਦੀ ਹੈ, ਇਸ ਤਰੀਕੇ ਨਾਲ ਇੱਕ ਬੋਟ ਦਾ ਇੰਤਜ਼ਾਮ ਕੀਤਾ ਗਿਆ, ਔਰ ਜਿਹੜੇ ਪਾਣੀ ਦੇ ਵਿੱਚ ਉਤਰ ਕੇ ਵੀ ਕੁਝ ਨਾ ਕੁਝ ਜਾਂਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਣੀ ਦਾ ਲੈਵਲ ਕਿੰਨਾ ਹੈ, ਕਿੰਨਾ ਡੂੰਘਾ ਏ। ਤਾਂ ਹੁਣ ਮੈਂ ਇਸ ਵਾਲੇ ਪਾਸੇ ਦੀ ਤਸਵੀਰ ਦਾ ਜ਼ਿਕਰ ਕਰਾਂ। ਇੱਥੇ ਤੱਕ ਪਹੁੰਚਣਾ, ਪਾਣੀ ਤੱਕ ਜਾਣਾ ਕੋਈ ਮੁਸ਼ਕਿਲ ਨਹੀਂ, ਸਿੱਧੀ ਰੋਡ ਹੈ, ਕੋਈ ਬੈਰੀਕੇਡਿੰਗ ਨਹੀਂ ਉੱਥੇ, ਪਰ ਪਾਣੀ ਨੂੰ ਪਾਰ ਕਰਨਾ ਹੋਏਗਾ। ਮੈਂ ਸ਼ਾਇਦ ਕੈਮਰਾ ਵੀ ਤੁਹਾਨੂੰ ਦਿਖਾ ਪਾ ਰਿਹਾ ਹੋਵੇ, ਮੈਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਜੋ ਮੈਂ ਦੇਖ ਪਾ ਰਿਹਾ ਉਸਦਾ ਮੈਂ ਜ਼ਿਕਰ ਕਰਾਂ। ਤਾਂ ਇਸ ਸਮੇਂ ਘੱਗਰ ਦਰਿਆ ਦੇ ਵਿੱਚ ਪ੍ਰਸ਼ਾਸਨ ਦੇ ਕੁਝ ਲੋਕ ਨੇ, ਔਰ ਇੱਕ ਸ਼ਖਸ ਅੰਦਰ ਘੱਗਰ ਦਰਿਆ ਦੇ ਹੈ, ਉਹ ਲੱਕ ਤੋਂ ਉੱਪਰ ਤੱਕ ਡੁੱਬਿਆ ਹੋਇਆ, ਯਾਨੀ ਕਿ ਪਾਣੀ ਦਾ ਲੈਵਲ ਤੁਸੀਂ ਕਹਿ ਸਕਦੇ ਹੋ ਕਿ ਕਰੀਬ ਕਰੀਬ 3 ਤੋਂ 4 ਫੁੱਟ ਪਾਣੀ ਦਾ ਲੈਵਲ ਹੋਏਗਾ ਜੋ ਇਸ ਸਮੇਂ ਸਾਨੂੰ ਨਜ਼ਰ ਆ ਰਿਹਾ। ਮੈਂ ਇਸ ਕਰਕੇ ਜ਼ਿਕਰ ਕਰ ਰਿਹਾ ਕਿ ਜੇ ਇੱਥੋਂ ਕੋਈ ਕਾਰ ਕੱਢਣੀ ਹੋਵੇ ਤਾਂ ਮੁਸ਼ਕਿਲ ਹੈ, ਇੰਨੇ ਪਾਣੀ ਦੇ ਵਿੱਚੋਂ ਕਾਰ ਕੱਢਣੀ ਮੁਸ਼ਕਿਲ ਹੈ। ਹਾਂ, ਜੇ ਕੋਈ ਟਰੈਕਟਰ ਨਿਕਲ ਸਕਦਾ, ਆਮ ਤੌਰ 'ਤੇ ਆਪਾਂ ਸਮਝਦੇ ਹਾਂ ਕਿ ਟਰੈਕਟਰ ਨੂੰ ਕੱਢਣਾ ਇੰਨਾ ਮੁਸ਼ਕਿਲ ਨਹੀਂ ਹੁੰਦਾ, ਤਾਂ ਉਹ ਸ਼ਖਸ ਨਿਕਲ ਕੇ ਬਾਹਰ ਦਰਿਆ ਤੋਂ ਆ ਗਿਆ। ਹੋ ਸਕਦਾ ਕਿ ਪ੍ਰਸ਼ਾਸਨ ਖੁਦ ਵੀ ਇਹ ਟੈਸਟਿੰਗ ਦੀ ਕੋਸ਼ਿਸ਼ ਕਰ ਰਿਹਾ ਹੋਵੇ ਕਿ ਜੇ ਲੋਕ ਇਹਨਾਂ ਦੇ ਅੰਦਰ ਚਲੇ ਗਏ ਤਾਂ ਪਾਣੀ ਦੇ ਵਿੱਚੋਂ ਬਾਹਰ ਕਿਵੇਂ ਨਿਕਲਣਗੇ, ਆ ਕ੍ਰੋਸ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ, ਉਹ ਇੱਕ ਪੁਆਇੰਟ ਜ਼ਰੂਰ ਹੈਗਾ। ਤਾਂ ਇਹ ਇੱਕ ਤਸਵੀਰ ਹੈ ਕਿ ਜੇਕਰ ਹੁਣ ਲੋਕ ਚਲੇ ਹੀ ਇਸ ਵਾਲੇ ਪਾਸੇ ਤੋਂ ਗਏ ਤਾਂ ਫਿਰ ਜੇ ਕਿਸਾਨ ਬਿਲਕੁਲ ਨੀਚੇ ਉੱਤਰ ਕੇ ਜਾਣਾ ਸ਼ੁਰੂ ਕਰ ਦਿੱਤਾ ਤਾਂ ਇੱਥੇ ਪੁਲਿਸ ਦੇ ਲਈ ਰੋਕਣਾ ਕੋਈ ਬਹੁਤ ਆਸਾਨ ਕੰਮ ਨਹੀਂ ਹੋਏਗਾ। ਜੇ ਆਪਾਂ ਕਹੀਏ ਕਿ ਪੁਲਿਸ ਬਹੁਤ ਈਜ਼ਲੀ ਇਸ ਚੀਜ਼ ਨੂੰ ਰੋਕ ਲਏਗੀ ਕਿ ਤੁਸੀਂ ਹਜ਼ਾਰਾਂ ਲੋਕ ਅੱਗੇ ਵੱਧ ਰਹੇ ਨੇ ਅਤੇ ਤੁਸੀਂ ਉਹਨਾਂ ਨੂੰ ਦਰਿਆ ਦੇ ਵਿੱਚ ਜਾਣ ਤੋਂ ਰੋਕੋ, ਤਾਂ ਪੋਸੀਬਿਲਿਟੀ ਘੱਟ ਨਜ਼ਰ ਆਉਂਦੀ ਹੈ।